पुलिस जिला बटाला दे वल्लों एक शातर चोर अते लुटखोह करन वाले नौजवान जगदीप सिंह जगना नूं 70 ग्राम हैरोइन समेत गिरफ्तार करन दा दावा कीता गया है। उत्थे बटाला पुलिस दे DSP सिटी ललित कुमार ने दस्या कि उन्हां दी पुलिस पार्टी दे वल्लों नाकेबंदी दे दौरान नौजवान जगदीप सिंह नूं जद रोक के तलाशी ली गई तां उस दे कोलों 70 ग्राम हैरोइन बरामद हुई है। उत्थे DSP ने दस्या कि गिरफ्तारी तों बाद कीती पुछगिछ दे विच जगदीप सिंह ने दस्या कि उस वल्लों अपने 3 होर साथियों नाल मिल के आंदे जांदे लोकां नूं लुट्टिया भी जांदा सी। गुरदासपुर तो अज दी आवाज दे लई इंद्र मोहन सोढ़ी दी रिपोर्ट। ਸਾਡੀ ਕੱਲ ਥਾਣਾ ਸਿੱਟੀ ਲੱਗੀ ਸੀ। ਬਲਦੇਵ ਸਿੰਘ ਨਾਕਾ ਲਾਇਆ ਸੀ ਸੁੱਖਾ ਸਿੰਘ ਚੌਂਕ ਨਾਕੇ ਦਰਮਿਆਨ ਸ਼ਾਸ਼ੀ ਨਗਰ ਵੱਲੋਂ ਇੱਕ ਐਕਟਿਵਾ ਦੇ ਬੰਦਾ ਨੂੰ ਦਿਖਾਈ ਦਿੱਤਾ। ਉਹਨੇ ਆ ਰਿਹਾ ਸੀ ਜਿਹਨੂੰ ਨਾਕੇ ਰੋਕਣ ਲੱਗੇ ਨੇ ਪਿਛਾ ਮੁੜ ਪਿਆ ਜੀ ਅਤੇ ਜਿਹਨੂੰ ਰੋਕਿਆ ਫੜਿਆ ਗਿਆ ਇਹਨੂੰ ਤੇ ਆਪਣੀ ਸੱਟੀ ਪਹਿਨ ਪਹਿਨੀ ਹੋਈ ਪਹਿਣੀ ਸੱਟੀ ਜੇਬ 'ਚੋਂ ਉਹਨੇ ਸਮਾਨ ਲੱਗਿਆ ਸਭ ਤੋਂ ਚੈੱਕ ਕੀਤਾ 70 ਗ੍ਰਾਮ ਸੰਗੇਤ ਬਰਾਮਦ ਹੋਈ ਆ ਅਤੇ ਵੱਖ ਵੱਖ ਥਾਣਿਆਂ 'ਚ ਹੋਰ ਹੀ ਪਰਚੇ ਦਰਜ ਨੇ। ਸਰ ਟੋਟਲ ਕਿੰਨੀ ਗਿਣਤੀ ਜਿੱਥੇ ਪਰਚੇ 10 ਪਰਚੇ ਦਰਜ ਨੇ ਸਰ ਇਹ ਪਤਾ ਲੱਗਿਆ ਕਿ ਇਹ ਕੋਈ ਪੁਲਿਸ ਕਰਮਚਾਰੀ ਬਣ ਕੇ ਵੀ ਲੋਕਾਂ ਨੂੰ ਠੱਗਦਾ ਸੀ? ਬਿਲਕੁਲ ਜੀ, ਇਹ ਨਾਕੇ ਤੋਂ ਜਿਵੇਂ ਜਾ ਰਿਹਾ ਬੰਦਾ ਵੀ ਸਿਰਫ ਨਾਕਾ ਤੋੜ ਕੇ ਆ ਗਿਆ ਵਾ ਉਹ ਰੋਕ ਲੈਂਦਾ ਸੀ ਅਤੇ ਤਲਾਸ਼ੀ ਨਹੀਂ ਬਣਨੇ ਕੋਲ ਪੈਸੇ ਖੋਲ ਲੈਂਦਾ ਸੀ। ਸਰ ਕੋਈ ਇਹਦੇ ਨਾਲ ਸਾਥੀ ਵੀ ਇਹਦਾ ਹੈਗਾ? ਸਾਥੀ ਅਸੀਂ ਪੁੱਛ ਲੈਣ ਜੀ ਕਰਦੇ।